ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜਿੰਦ ਬਡਾਲੀ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦਾ ਸਭ ਤੋਂ ਮਹਾਨ ਆਗੂ ਕਿਸ ਆਧਾਰ ਤੇ ਚੁਣਿਆ ਗਿਆ ਤਾਂ ਦੋਸਤੋ ਵੀਡੀਓ ਬਹੁਤ ਦਿਲਚਸਪ ਹੈ ਇਹਨੂੰ ਸਾਰੀ ਨੂੰ ਸੁਣਨਾ ਤੇ ਸ਼ੇਅਰ ਕਰਨਾ ਹੁਣ ਤੱਕ ਦੁਨੀਆ ਦਾ ਸਭ ਤੋਂ ਮਹਾਨ ਨੇਤਾ ਕੌਣ ਰਿਹਾ ਹੈ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਦੀ ਸੂਚੀ ਤਿਆਰ ਕਰੀ ਗਈ ਹੈ ਇਸ ਸੂਚੀ ਦੇ ਵਿੱਚ ਸ਼ੇਰੇ ਪੰਜਾਬ ਨੂੰ ਉਹਨਾਂ ਦੇ ਸ਼ਾਸਨ ਦੇ ਢੰਗ ਕਾਰਨ ਪਹਿਲਾ ਸਥਾਨ ਮਿਲਿਆ ਵਿਸ਼ਵ ਨੇਤਾਵਾਂ ਦੀ ਲੰਬੀ ਸੂਚੀ ਵਿੱਚੋਂ ਸਭ ਤੋਂ ਪਹਿਲਾ ਕਿਹਦਾ ਨਾਮ ਲਿਆ ਜਾ ਸਕਦਾ ਅਜਿਹਾ ਕਿਹੜੇ ਪੱਖਾਂ ਦੇ ਆਧਾਰ ਤੇ ਕੀਤਾ ਜਾ ਸਕਦਾ ਤਾਂ ਦੋਸਤੋ ਇਤਿਹਾਸ ਦੁਨੀਆ ਨੂੰ ਆਪਣੇ ਹੌਸਲਿਆਂ ਪਰੇ ਫੈਸਲਿਆਂ ਜਾਂ ਲੋੜ ਵੇਲੇ ਬਹਾਦਰੀ ਦਿਖਾਉਣ ਵਾਲੇ ਆਗੂਆਂ ਦੇ ਹੈਰਾਨ ਕਰਨ ਵਾਲੇ ਕਿੱਸਿਆਂ ਨਾਲ ਭਰਿਆ ਪਿਆ ਹੈ ਜਿਵੇਂ ਕਿ ਇੰਗਲੈਂਡ ਦੀ ਮਹਾਰਾਣੀ ਦੀ ਮਾਂ ਐਲਿਜ਼ਾਬੈਥ ਬੋਵਸ ਲਿਓਨ ਇਹਨੇ ਦੂਜੇ ਵਿਸ਼ਵ ਯੁੱਧ ਦੌਰਾਨ ਰਾਸ਼ਟਰ ਵਿੱਚ ਇੰਨੀ ਹਿੰਮਤ ਤੇ ਉਮੀਦ ਪੈਦਾ ਕਰਤੀ ਕਿ ਅਡੋਲਫ ਹਿਟਲਰ ਨੂੰ ਕਹਿਣਾ ਪੈ ਗਿਆ ਕਿ ਇਹ ਯੂਰਪ ਦੀ ਸਭ ਤੋਂ ਖਤਰਨਾਕ ਔਰਤ ਹੈ ਦੇਖ ਲਓ ਜਦੋਂ ਬਹੁਤੇ ਸ਼ਾਹੀ ਪਰਿਵਾਰ ਆਪਣੀ ਜਾਨ ਬਚਾ ਕੇ ਲੰਡਨ ਭੱਜ ਛੱਡ ਕੇ ਭੱਜ ਰਹੇ ਸਨ ਉਦੋਂ ਮਹਾਰਾਣੀ ਨੇ ਇਹ ਜਾਣਦਿਆਂ ਕਿ ਲੰਡਨ ਦੇ ਵਿੱਚ ਜਰਮਨ ਬੰਬ ਜਿਹੜੇ ਆ ਉਹ ਵੱਜ ਰਹੇ ਆ ਆਪਣੀਆਂ ਦੋ ਧੀਆਂ ਸਮੇਤ ਦਲੇਰੀ ਭਰਿਆ ਫੈਸਲਾ ਲੈਂਦਿਆਂ ਉੱਥੇ ਹੀ ਰਹਿਣ ਦਾ ਹੌਸਲਾ ਕੀਤਾ ਹੁਣ ਇਦਾਂ ਦੇ ਸਮਿਆਂ 'ਚ ਸੂਝ ਦਾ ਪ੍ਰਗਟਾਵਾ ਹੀ ਉਹਨਾਂ ਨੂੰ ਦੁਨੀਆ ਦੇ ਮਹਾਨ ਆਗੂਆਂ 'ਚ شمار ਕਰਦਾ ਕਈਆਂ ਨੂੰ ਉਹਨਾਂ ਦੇ ਆਪੇ ਤੋਂ ਬਟ ਦੇ ਸੁਪਨਿਆਂ ਨੇ ਵੱਡਾ ਬੜਾਤਾ ਜਿਵੇਂ ਕਿ ਸੈਮਨ ਬੋਲੇਵਰ ਇਹਨੇ ਦੱਖਣੀ ਅਫਰੀਕਾ ਨੂੰ ਸਪੇਨ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਦਾ ਮਹਾਨ ਸੁਪਨਾ ਦੇਖਿਆ ਤੇ ਇਹਨੂੰ ਪੂਰਾ ਵੀ ਕਰਿਆ ਉਹਨਾਂ ਨੇ ਦੱਖਣੀ ਅਫਰੀਕਾ ਨੂੰ ਇੱਕ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ਵਿੱਚ ਸਥਾਪਿਤ ਕਰਨ 'ਚ ਐਮ ਭੂਮਿਕਾ ਨਿਭਾਈ ਇਹੀ ਉਹਨਾਂ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦਾ ਹੁਣ ਜੇ ਆਪਾਂ ਦੁਨੀਆ ਦੇ ਸਭ ਤੋਂ ਮਹਾਨ ਆਗੂ ਦੀ ਗੱਲ ਕਰ ਰਹੇ ਹਾਂ ਸਾਨੂੰ ਕਈ ਪੱਖਾਂ ਤੋਂ ਸੋਚਣਾ ਚਾਹੀਦਾ ਪ੍ਰੇਰਣਾ ਦਾ ਇੱਕ ਦਲੇਰ ਪ੍ਰਭਾਵਸ਼ਾਲੀ ਤੇ ਸੈਨਸ਼ੀਲ ਆਗੂ ਹੋਣ ਦੇ ਨਾਲ-ਨਾਲ ਹੋਰ ਵੀ ਕਈ ਗੁਣਾ ਦੀ ਪਰਖ ਕਰਨੀ ਚਾਹੀਦੀ ਹੈ ਅਸਲ 'ਚ ਇਹ ਔਖਾ ਕੰਮ ਹੈ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਕੀ ਹੈ ਤਾਂ ਦੋਸਤੋ ਇਹਦੀ ਪੜਤਾਲ ਕੀਤੀ ਗਈ ਹਾਂਜੀ ਤੇ ਇਦਾਂ ਦੇ ਆਗੂਆਂ ਬਾਰੇ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਹੁਤ ਹੀ ਜਾਣਕਾਰੀ ਭਰੇ ਤੱਥ ਜਿਹੜੇ ਇਹ ਸਾਹਮਣੇ ਆਏ ਰਾਣਾ ਮਿੱਤਰ ਮਾਰਗਰੇਟ ਮੈਕਮਿਲਨਸਨ ਕੁਝ ਇਤਿਹਾਸਕਾਰਾਂ ਨੂੰ ਅਜਿਹੇ ਆਗੂ ਨੂੰ ਨਾਮਜ਼ਦ ਕਰਨ ਲਈ ਕਿਹਾ ਗਿਆ ਸੀ ਜਿਹਨੂੰ ਉਹ ਸਭ ਤੋਂ ਮਹਾਨ ਮੰਨਦੇ ਹਨ ਕੋਈ ਅਜੀਹਾ ਵਿਅਕਤੀ ਜੋ ਕਿਸੇ ਸ਼ਕਤੀਸ਼ਾਲੀ ਅਹੁਦੇ ਤੇ ਰਿਹਾ ਹੋਵੇ ਤੇ ਮਨੁੱਖਤਾ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੋਵੇ ਸੂਚੀ 'ਚ ਨਾਮਜ਼ਦ ਆਗੂਆਂ ਲਈ 5000 ਤੋਂ ਵੱਧ ਲੋਕਾਂ ਨੇ ਵੋਟ ਪਾਈ ਪੰਨ ਵਾਲਿਆਂ ਨੇ ਇਤਿਹਾਸਕਾਰਾਂ ਨੂੰ ਅਜਿਹੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਤੇ ਵਿਰਾਸਤ ਦੀ ਪਰਚੋਲ ਕਰਨ ਲਈ ਵੀ ਕਿਹਾ ਗਿਆ ਤਾਂ ਇਸ ਸੂਚੀ 'ਚ ਇੰਗਲੈਂਡ ਦੀ ਮਹਾਰਾਣੀ ਦੀ ਮਾਂ ਸ਼ਾਮਲ ਨਹੀਂ ਸੀ ਜੀਨੇ ਹਿਟਲਰ ਨੂੰ ਟੱਕਰ ਦਿੱਤੀ ਸੀ ਪਰ ਇਸ ਵਿੱਚ ਸੱਤ ਹੋਰ ਔਰਤਾਂ ਸ਼ਾਮਲ ਸਨ ਇਸ ਵਿੱਚ ਸੈਮਨ ਬੋਲਵਾਰ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਜਿਹਦੀ ਆਪਾਂ ਨੇ ਗੱਲ ਦੱਸੀ ਇਹਦੇ 'ਚ ਸ਼ਾਸਕ ਹੂਜ਼ ਜ਼ੇਤਿਨ ਜਿਹਦਾ ਕਾਲ 690 ਇਸਵੀ ਤੋਂ ਲੈ ਕੇ 705 ਤੱਕ ਰਿਹਾ ਇਹਨੂੰ ਸ਼ਾਮਲ ਕੀਤਾ ਗਿਆ ਉਹ ਚੀਨ ਦੇ ਇਤਿਹਾਸ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਸੀ 16ਵੀਂ ਸਦੀ ਦੀ ਜ਼ਗੀਰਦਾਰ ਓੜਾ ਨੋਬਨਾਗਾ ਇਹਦਾ ਨਾਮ ਵੀ ਮੌਜੂਦ ਹੈ ਉਹ 1390 ਤੋਂ ਲੈ ਕੇ 1352 ਬੀਸੀ 'ਚ ਜਦੋਂ ਮਿਸਰ ਨੇ ਪਰਾਚੀਨ ਸੰਸਾਰ ਤੇ ਰਾਜ ਕਰਨਾ ਸ਼ੁਰੂ ਕੀਤਾ ਸੀ ਉਸ ਸਮੇਂ ਜਾਪਾਨ ਇੱਕ ਕਰਨ ਵਿੱਚੇ ਕਾਮਯਾਬ ਹੋਈ ਸੀ ਤਾਂ ਇਤਿਹਾਸਕਾਰਾਂ ਵੱਲੋਂ ਚੁਣੇ ਗਏ ਆਗੂਆਂ ਚ ਯੂਰੋਪੀਅਨਾਂ ਦੇ ਨਾ ਸ਼ਾਮਲ ਸਨ ਹੁਣ ਦੋਸਤੋ ਹੁਣ ਦੋਸਤੋ ਪਹਿਲਾ ਸਥਾਨ ਜਿਹੜਾ ਇਤਿਹਾਸ ਦੇ ਸਭ ਤੋਂ ਅਹਿਮ ਆਗੂਆਂ ਦੀ ਸੂਚੀ ਚ ਪਹਿਲਾ ਸਥਾਨ 19ਵੀਂ ਸਦੀ ਦੇ ਸਿੱਖ ਸਾਮਰਾਜ ਦੇ ਆਗੂ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਇਹਨਾਂ ਨੂੰ 38% ਤੋਂ ਵੱਧ ਵੋਟਾਂ ਮਿਲੀਆਂ ਦੂਜਾ ਸਥਾਨ 25% ਵੋਟਾਂ ਨਾਲ ਦੂਜੇ ਨੰਬਰ ਉੱਤੇ ਅਮਲਕਾਰ ਕੈਬਰਾਲ ਦਾ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਰਤਗਾਲੀ ਕਬਜ਼ੇ ਤੋਂ ਮੁਕਤ ਕਰਾਉਣ ਲਈ 10 ਲੱਖ ਤੋਂ ਵੱਧ ਲੋਕਾਂ ਨੂੰ ਇਕਜੁੱਟ ਕਰਿਆ ਅਮਲਕਾਰ ਕੈਬਰਾਲ ਨੇ ਬਹੁਤ ਸਾਰੇ ਹੋਰ ਜਿਹੜੇ ਬਸਤੀਵਾਦੀ ਅਫਰੀਕੀ ਦੇ ਸੀ ਇਰਾਨ ਨੂੰ ਉੱਠਣ ਅਤੇ ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣ ਲਈ ਵੀ ਪ੍ਰੇਰਿਆ ਸੀ ਤੀਜਾ ਸਥਾਨ 7% ਵੋਟਾਂ ਨਾਲ ਬਰਤਾਨੀ ਵੀ ਪ੍ਰਧਾਨ ਮੰਤਰੀ ਵਿਸਟਰਨ ਚਰਚਲ ਇਹ ਤੀਜੇ ਸਥਾਨ ਤੇ ਰਿਹਾ ਕਿਉਂਕਿ ਉਹਨੇ ਹਿਟਲਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਤਾ ਸੀ ਚੌਥਾ ਸਥਾਨ ਅਮਰੀਕਾ ਦਾ ਰਾਸ਼ਟਰਪਤੀ ਇਬਰਾਹਿਮ ਲਿੰਕਨ ਚੌਥੇ ਨੰਬਰ ਤੇ ਰਿਹਾ ਇਹਨਾਂ ਨੂੰ ਮਜ਼ਦੂਰਾਂ ਤੇ ਗੁਲਾਮਾਂ ਦੇ ਹਿੱਤਾਂ ਦੀ ਰੱਖਿਆ ਕਰਨ ਬਦਲੇ ਨਾਮਜਿਤ ਕੀਤਾ ਗਿਆ ਸੀ ਪੰਜਵਾਂ ਸਥਾਨ ਵੋਟਾਂ ਦੇ ਨਤੀਜਿਆਂ ਅਨੁਸਾਰ 4% ਵੋਟਾਂ ਹਾਸਲ ਕਰਕੇ ਇਹ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਪੰਜਵੇਂ ਸਥਾਨ ਤੇ ਰਹੀ ਜਿਹਨੂੰ 16ਵੀਂ ਸਦੀ ਚ ਸ਼ਾਂਤੀ ਬਹਾਲ ਕਰਨ ਤੇ ਗੜਬੜ ਤੋਂ ਬਾਅਦ ਰਾਸ਼ਟਰੀ ਸ਼ਕਤੀ ਬਣਾਉਣ ਲਈ ਚੁੱਕੇ ਕਦਮਾਂ ਲਈ ਨਾਮਜਿਤ ਕੀਤਾ ਗਿਆ ਸੀ ਤਾਂ ਦੋਸਤੋ ਹੁਣ ਆਉਂਦਾ ਹੈ ਛੇਰੇ ਪੰਜਾਬ ਦਾ ਨਾਮ ਦਾ ਛੇਰੇ ਪੰਜਾਬ ਦੇ ਨਾਮ ਨੂੰ ਅਲਾਬਮਾ ਯੂਨੀਵਰਸਿਟੀ ਦੇ ਇਤਿਹਾਸਕਾਰ ਮੈਥਿਊ ਲੋਕਵੁੱਡ ਨੇ ਨਾਮਜ਼ਦ ਕਰਿਆ ਇਤਿਹਾਸਕਾਰ ਮੈਥਿਊ ਲੋਕਵੁੱਡ ਇਹਨੇ ਦੱਸਿਆ ਉਹ ਕਹਿੰਦਾ ਉਹਨਾਂ ਨੇ ਸਹਿਜੇਈ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਚੁਣਿਆ ਇਹਦੀ ਵਜ੍ਹਾ ਸੀ ਉਹਨਾਂ ਵੱਲੋਂ ਸੈਨ ਸ਼ੀਲਤਾ ਨਾਲ ਇੱਕ ਆਧੁਨਿਕ ਸਾਮਰਾਜ ਸਥਾਪਿਤ ਕਰਨਾ ਸੀ ਉਹਨਾਂ ਹੋਰ ਵਿਸਤਾਰ ਵਿੱਚ ਦੱਸਦੇ ਆ ਕਿਹਾ ਕਿ 18ਵੀਂ ਸਦੀ ਦੇ ਬਹੁਤੇ ਸਮੇਂ ਤੱਕ ਭਾਰਤ ਵਿੱਚ جنگ ਚੱਲ ਰਹੀ ਸੀ ਪੰਜਾਬ ਵੀ ਇਸ ਤੋਂ ਬਚਿਆ ਨਹੀਂ ਸੀ ਜਦੋਂ ਰਣਜੀਤ ਸਿੰਘ ਦਾ ਜਨਮ 1780 ਚ ਹੋਇਆ ਸੀ ਤਾਂ ਅਫਗਾਨੀ ਹਮਲੇ ਹੋ ਰਹੇ ਸਨ ਪੰਜਾਬ ਦੀਆਂ ਵਕ ਵਕ ਮਸਲਾਂ ਵਿਚਕਾਰ ਭਿਆਨਕ ਲੜਾਈ ਚੱਲ ਰਹੀ ਸੀ ਤੇ ਅੰਗਰੇਜ਼ ਰਾਜ ਦਾ ਪਸਾਰ ਹੋ ਰਿਹਾ ਸੀ ਇਸ ਤਰ੍ਹਾਂ ਦੇਸ਼ ਸਿਆਸੀ ਤੇ ਆਰਥਿਕ ਤੌਰ ਤੇ ਕਮਜ਼ੋਰ ਤੇ ਧਾਰਮਿਕ ਤੌਰ ਤੇ ਵੰਡਿਆ ਹੋਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਰਹਿਨਮਾਈ ਚ ਸਾਰਾ ਕੁਝ ਬਦਲ ਗਿਆ ਉਹਨਾਂ ਨੂੰ ਪੰਜਾਬ ਦਾ ਸ਼ੇਰ ਕਿਹਾ ਗਿਆ ਮੈਥਿਊ ਲੋਕਬੁੱਡ ਅੱਗੇ ਕਹਿੰਦਾ ਕਹਿੰਦਾ 19ਵੀਂ ਸਦੀ ਦੇ ਪਹਿਲੇ ਦਹਾਕਿਆਂ ਤੱਕ ਹੀ ਉਹਨਾਂ ਨੇ ਸਿੱਖ ਖਾਲਸਾ ਫੌਜ ਦਾ ਆਧੁਨਿਕ ਕਰਨ ਕਰਤਾ ਮਤਲਬ ਕਿ ਆਧਰਿਕ ਬਣਾਤੀ ਸਥਾਨਕ ਸਰੂਪਾਂ ਤੇ ਸੰਸਥਾਵਾਂ ਨੂੰ ਤਿਆਗ ਕੀਤੇ ਬਿਨਾ ਪੱਛਮੀ ਕਾਢਾਂ ਨੂੰ ਸ਼ਾਮਲ ਕੀਤਾ ਗਿਆ ਟੁੱਟ ਰਹੀਆਂ ਮਿਸਲਾਂ ਨੂੰ ਇਕਜੁੱਟ ਕੀਤਾ ਤੇ ਅਫਗਾਨਿਸਤਾਨ ਦੀ ਸਰਹੱਦ ਨੂੰ ਸਥਿਰ ਕੀਤਾ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਰਿਸ਼ਤੇ ਵੀ ਸੁਧਾਰੇ ਮਹਾਰਾਜਾ ਰਣਜੀਤ ਸਿੰਘ ਸਿਰਫ ਇੱਕ ਜੇਤੂ ਸੀ ਹਾਲਾਂਕਿ ਭਾਰਤੀ ਉਪਮਹਾਦੀਪ ਨੂੰ ਸਾਮਰਾਜੀ ਮੁਕਾਬਲੇ ਧਾਰਮਿਕ ਵੰਡਾਂ ਨਾਲ ਖੋਖਲਾ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਰਣਜੀਤ ਸਿੰਘ ਨੇ ਇੱਕ ਸਾਰਤਾ ਸਥਿਰਤਾ ਖੁਸ਼ਹਾਲੀ ਤੇ ਸੈਨ੍ਹ ਚੀਲਤਾ ਦੀ ਸ਼ਕਤੀ ਨੂੰ ਚੁਣਿਆ ਔਰ ਜੇਤੂ ਰਹਾ। ਉਹਨਾਂ ਦਾ ਰਾਜ ਪੰਜਾਬ ਅਤੇ ਉੱਤਰ ਪੱਛਮੀ ਭਾਰਤ ਲਈ ਸੁਨਹਿਰੀ ਯੁੱਗ ਦਾ ਸੰਕੇਤ ਸੀ। ਹਾਲਾਂਕਿ ਉਹ ਇੱਕ ਸਮਰਪਤ ਸਿੱਖ ਸਨ ਜਿਨ੍ਹਾਂ ਨੇ ਆਪਣੇ ਧਰਮ ਨਾਲ ਜੁੜੀਆਂ ਕਈ ਯਾਦਗਾਰਾਂ ਨੂੰ ਬਹਾਲ ਕਰਨ ਲਈ ਮੁਹਿੰਮ ਚਲਾਈ ਸੀ। ਜਿਦੇ ਚ ਸ੍ਰੀ ਹਰਮੰਦਰ ਸਾਹਿਬ ਵੀ ਸ਼ਾਮਲ ਸੀ। ਇਹਦੇ ਨਾਲ ਹੀ ਉਹਨਾਂ ਨੇ ਆਪਣੇ ਰਾਜ ਵਿੱਚ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਹਨਾਂ ਨੇ ਹਿੰਦੂ ਮੰਦਰਾਂ, ਸੂਫੀ ਧਾਰਮਿਕ ਸਥਾਨ ਬਣਵਾਏ। ਮੁਸਲਮ ਅਤੇ ਹਿੰਦੂ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ। ਹਿੰਦੂ ਅਤੇ ਮੁਸਲਮ ਔਰਤਾਂ ਦੇ ਵਿਆਹ ਕਰਵਾਏ ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਬਰਤੀ ਰੱਖਿਆ ਲਈ ਗਊਆਂ ਨੂੰ ਮਾਰਨ 'ਤੇ ਪਾਬੰਦੀ ਵੀ ਲਾਈ। ਮੁਸਲਮਾਨ, ਹਿੰਦੂ, ਸਿੱਖ ਅਤੇ ਯੂਰੋਪੀਅਨ ਉਹਨਾਂ ਨੂੰ ਆਧੁਨਿਕ ਫੌਜ ਅਤੇ ਪ੍ਰਸ਼ਾਸਨ 'ਚ ਸ਼ਾਮਲ ਸਨ। ਉਨ੍ਹਾਂ ਦੀ ਅਗਵਾਈ ਚ ਬੁਨਿਆਦੀ ਢਾਂਚੇ ਮਸਧਾਰ ਕੀਤਾ ਗਿਆ ਵਪਾਰ ਖੁੱਲਿਆ ਤੇ ਰਾਜ ਦਾ ਫੈਲਾਅ ਹੋਇਆ 1839 ਦੇ ਵਿੱਚ ਮੌਤ ਤੋਂ ਬਾਅਦ ਸਰਜੀਤ ਸਿੰਘ ਦਾ ਸਾਮਰਾਜ ਟੁੱਟ ਗਿਆ ਬਰਤਾਨਵੀ ਹਮਲਿਆਂ ਨੇ ਸਿੱਖ ਸਾਮਰਾਜ ਤੈਸ ਨਹਿਸ ਕਰਤਾ ਤੇ ਚਾਰੇ ਪਾਸੇ ਅਸਥਿਰਤਾ ਫੈਲ ਗਈ ਉਹ ਜ਼ਰੂਰ ਇੱਕ ਸਾਮਰਾਜਵਾਦੀ ਸਨ ਰਣਜੀਤ ਸਿੰਘ ਰਾਜਨਾਰਵਾਣ ਦੇ ਇੱਕ ਵੱਖਰੇ ਬਧੇਰੇ ਗਿਆਨਵਾਨ ਅਤੇ ਸੰਤੁਲਿਤ ਨਮੂਨੇ ਦੇ ਪ੍ਰਤੀਨਿਧਤਾ ਕਰਦੇ ਸੀ ਤੇ ਏਕਤਾ ਤੇ ਸਹਿਣਸ਼ੀਲਤਾ ਦੀ ਮਿਸਾਲ ਸਨ ਅੱਜ ਵੀ ਉਹਨਾਂ ਦਾ ਜੀਵਨ ਪ੍ਰੇਰਨਾਦਾਇਕ ਹੈ ਤਾਂ ਦੋਸਤੋ ਇਹ ਚੀਜ਼ਾਂ ਚੁਣੀਆਂ ਸੀ ਮੈਥਿਊ ਲੋਕਵਿਟ ਵਰਗੇ ਇਤਿਹਾਸਕਾਰਾਂ ਨੇ ਸ਼ੇਰ-ਏ-ਪੰਜਾਬ 'ਚ ਤਾਂ ਕਰਕੇ ਇੱਕ ਨੰਬਰ ਤੇ ਰੱਖਿਆ ਆਪਣੇ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਨੂੰ ਤੇ ਇਹ ਵੱਡੀ ਮਾਣ ਵਾਲੀ ਗੱਲ ਹੈ ਔਰ ਵੀਡੀਓ ਕਰ ਦਿਓ ਸ਼ੇਅਰ ਸਾਰੇ ਗਰੁੱਪਾਂ 'ਚ ਤਾਂ ਕਿ ਹੋਰ ਵੀ ਸੁਣ ਸਕਣ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ